ਤੁਸੀਂ ਸੁਣ ਰਹੇ ਹੋ FM 95 ਪੰਜਾਬ ਰੰਗ ਔਰ 14 ਅਗਸਤ ਦੇ ਹਵਾਲੇ ਨਾਲ ਮੈਂ ਤੁਸਾਂ ਸਾਰਿਆਂ ਆਜ਼ਾਦੀ ਦੀ ਮੁਬਾਰਕ ਦੇਣਾ 14 ਅਗਸਤ ਦਾ ਜਿਹੜਾ ਦਿਨ ਹੈ ਔਰ ਜਿਹੜਾ ਤਿਉਹਾਰ ਹੈ ਇਸ ਤਿਉਹਾਰ ਪਿੱਛੇ ਇੱਕ ਬਹੁਤ ਤਵੀਲ ਜਿੱਦੋ ਜਹਿਦ ਵੀ ਹੈ ਔਰ ਇਸ ਦੇ ਪਿੱਛੇ ਪੂਰਾ ਇੱਕ ਨਜ਼ਰੀਆ ਕੰਮ ਕਰ ਰਿਹਾ ਅਤੇ ਇਹ ਦਿਨ ਮਨਾਉਣਾ ਅਮੂਮਨ ਦੇਖਿਆ ਗਿਆ ਕਿ ਦਿਨ ਸਿਰਫ ਛੁੱਟੀ ਦੀ ਨਜ਼ਰ ਆਉਂਦਾ ਔਰ ਅਸੀਂ ਆਰਾਮ ਕਰਨੇ ਹਾਂ ਜਾਂ ਫਿਰਨੇ ਟੁਰਨੇ ਹਾਂ ਚਲੇ ਗਏ ਔਰ ਇਸ ਤਰੀਕੇ 'ਤੇ ਅਸੀਂ ਇਸ ਦਿਨ ਨਾਲ ਗੁਜ਼ਾਰਨੇ ਹਾਂ ਅਤੇ ਮੇਰਾ ਤਾਲੁਕ ਕਿਉਂਕਿ ਕੁਝ ਐਜੂਕੇਸ਼ਨ ਨਾਲ ਵੀ ਹੈ ਅਤੇ ਮੈਂ ਦੇਖਿਆ ਕਿ ਬੱਚਿਆਂ ਆਪਣੀ ਤਾਰੀਖ ਤੋਂ ਆਗਾਹੀ ਨਹੀਂ ਅਤੇ 14 ਅਗਸਤ 'ਤੇ ਚਾਹੇ ਤੁਸੀਂ ਫਿਰਨੇ ਹਾਂ ਜੁਲੋ ਜਾਂ ਕਿਸੇ ਪੁਰਫਜ਼ਾ ਮਕਾਮ 'ਤੇ ਜੁਲੋ ਲੇਕਿਨ ਕਮ ਅਜ਼ ਕਮ ਉੱਥੇ ਡਿਸਕਸ਼ਨ ਆਪਣੇ ਬੱਚਿਆਂ ਨਾਲ ਜਾਂ ਜਿਹੜੀ ਤੁਸੀਂ ਉਹਨਾਂ ਨਾਲ ਗੁਫਤਗੂ ਕਰ ਰਹੇ ਹੋ ਉਹ ਕਮ ਅਜ਼ ਕਮ 14 ਅਗਸਤ ਦੇ ਹਵਾਲੇ ਨਾਲ ਹੋਣੀ ਚਾਹੀਦੀ ਹੈ ਤਾਂ ਕਿ ਉਹ ਰਵਾਇਤ ਜਿਹੜੀ ਹੈ ਉਹ ਅਗਲੀ ਨਸਲ ਤੱਕ ਵੀ ਮੁੰਤਕਿਲ ਹੋ ਕੇ ਅਤੇ ਤੁਸੀਂ ਖੁਸ਼ੀ ਦਾ ਦਿਨ ਮਨਾਓ ਜਨਾਬ ਔਰ ਖੁਸ਼ ਰਹੋ ਆਜ਼ਾਦੀ ਮੁਬਾਰਕ ਬਹੁਤ ਸ਼ੁਕਰੀਆ